ਦੇਖ ਹੀ ਲਿਆ ਕਿ ਕਿੰਨੀ ਅੱਤ ਦੀ ਗਰਮੀ ਪੈ ਰਹੀ ਹੈ। ਮਿੱਟੀ ਦੇ ਵਿੱਚ ਪਾਪੜ ਰੱਖਿਆ ਤੇ ਪਾਪੜ ਕੁਝ ਹੀ ਸਕਿੰਟਾਂ ਦੇ ਵਿੱਚ ਤਿਆਰ ਹੋ ਗਿਆ। ਜੀ ਹਾਂ, ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਾਰਡਰ ਦੀਆਂ, ਜਿੱਥੇ ਸਾਡੇ ਦੇਸ਼ ਦੇ ਜਵਾਨ ਤੈਨਾਤ ਨੇ। ਇੰਨੀ ਗਰਮੀ, ਲੂ ਚੱਲ ਰਹੀ ਹੈ, ਪਰ ਜਵਾਨ ਆਪਣੀ ਡਿਊਟੀ ਦੇ ਰਿਹਾ ਹੈ। ਜਵਾਨ ਦੇ ਹੱਥਾਂ 'ਚ ਪਿਸਟਲ ਵੀ ਫੜੀ ਹੋਈ ਹੈ ਅਤੇ ਪੂਰਾ ਮੂੰਹ ਸਿਰ ਢੱਕ ਕੇ ਲੂ ਤੋਂ ਬਚਣ ਦੇ ਲਈ ਇਸਨੇ ਇੰਤਜ਼ਾਮ ਕੀਤਾ ਹੈ। ਇਸ ਜਵਾਨ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕੀਤੀ ਗਈ, ਜਿੱਥੇ ਇਸਨੇ ਹਾਲਾਤ ਦੱਸੇ ਨੇ ਜਿੱਥੇ ਡਿਊਟੀ ਕਰ ਰਿਹਾ ਹੈ। ਜਿਸ ਥਾਂ 'ਤੇ ਇਹ ਡਿਊਟੀ ਕਰ ਰਿਹਾ ਹੈ, ਉਸ ਥਾਂ 'ਤੇ ਮੌਕੇ ਦਾ ਟੈਂਪਰੇਚਰ 47 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ। ਜੀ ਹਾਂ, 47 ਡਿਗਰੀ ਪਾਰਾ ਪਹੁੰਚਣ ਕਰਕੇ ਜਿਹੜਾ ਤਾਪਮਾਨ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਅਤੇ ਪਰ ਲੋਕਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਾਡੇ ਦੇਸ਼ ਦੀ ਸੁਰੱਖਿਆ ਕਰਨ ਵਾਲੇ ਇਹ ਫੌਜੀ ਕਿੰਨੀ ਕੁਰਬਾਨੀ ਦੇ ਰਹੇ ਨੇ। ਤਾਂ ਇਸ ਫੌਜੀ ਨੂੰ ਸਲਿਊਟ ਹੈ। ਜਿਸ ਗਰਮੀ ਦੇ ਵਿੱਚ ਪਾਪੜ ਭੁੰਨ ਕੇ ਤਿਆਰ ਹੋ ਰਹੇ ਨੇ, ਉਸ ਗਰਮੀ ਦੇ ਵਿੱਚ ਖੜ ਕੇ ਸਾਡੀ ਸੁਰੱਖਿਆ ਕਰ ਰਹੇ ਨੇ ਸਾਡੇ ਦੇਸ਼ ਦੇ ਫੌਜੀ। ਤਾਂ ਇਹਨਾਂ ਫੌਜੀਆਂ ਦੇ ਲਈ ਇੱਕ ਲਾਈਕ ਅਤੇ ਇੱਕ ਕਮੈਂਟ ਸ਼ੇਅਰ ਤਾਂ ਜ਼ਰੂਰ ਬਣਦਾ ਹੈ, ਕਿਉਂਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਡਿਫੈਂਸ ਮਿਨਿਸਟਰੀ ਤੱਕ ਇਹ ਵੀਡੀਓ ਪਹੁੰਚੇ ਅਤੇ ਇਹਨਾਂ ਫੌਜੀਆਂ ਦੀ ਗਰਮੀ ਦਾ ਇਲਾਜ ਕਰਾਉਣ ਦੇ, ਗਰਮੀ ਤੋਂ ਬਚਣ ਦੇ ਲਈ ਕੋਈ ਡਿਫੈਂਸ ਮਿਨਿਸਟਰੀ ਉਪਾਅ ਲੱਭੇ। ਹਾਲਾਂਕਿ ਇਸ ਗਰਮੀ ਦੇ ਵਿੱਚ ਵੀ ਬਿਨਾਂ ਕੋਈ ਸ਼ਿਕਾਇਤ ਤੋਂ ਇਹ ਫੌਜੀ ਡਿਊਟੀ ਕਰ ਰਹੇ ਨੇ, ਨਾ ਹੀ ਕੋਈ ਕੰਪਲੇਂਟ ਕਰ ਰਹੇ ਨੇ ਕਿਸੇ ਨੂੰ। 47 ਡਿਗਰੀ ਹੋਵੇ, 48 ਹੋਵੇ, ਭਾਵੇਂ ਹੋਵੇ 50, ਭਾਵੇਂ -50 ਹੋਵੇ, ਫੌਜੀ ਦੇਸ਼ ਦੀ ਰੱਖਿਆ ਕਰਦੇ ਰਹਿੰਦੇ ਨੇ, ਕਰਦੇ ਆਏ ਨੇ ਤੇ ਅੱਗੇ ਵੀ ਕਰਦੇ ਰਹਿਣਗੇ। ਪਰ ਸਾਡਾ ਫਰਜ਼ ਬਣਦਾ ਹੈ ਕਿ ਇਹ ਵੀਡੀਓ ਨੂੰ ਸ਼ੇਅਰ ਕਰਕੇ ਸੈਂਟਰ ਕੇਂਦਰ ਮਿਨਿਸਟਰ ਤੱਕ ਪਹੁੰਚਾਇਆ ਜਾਵੇ ਅਤੇ ਇਹਨਾਂ ਫੌਜੀਆਂ ਨੂੰ ਗਰਮੀ ਤੋਂ ਬਚਣ ਦੇ ਲਈ ਕੋਈ ਉਪਾਏ ਮਿਲੇ, ਇਸ ਦੀ ਕਾਮਨਾ ਕਰਦੇ ਹਾਂ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬੀਕਾਨੇਰ ਦੀ, ਜਿੱਥੇ ਫੌਜੀ ਤੈਨਾਤ ਹੈ, ਇਲੈਕਸ਼ਨਾਂ ਦੀ ਡਿਊਟੀ ਵੇਲੇ ਬਾਰਡਰਾਂ 'ਤੇ ਤੈਨਾਤ ਹੈ ਇਹ ਫੌਜੀ। ਇਸਨੇ ਰੇਤ ਦੇ ਵਿੱਚ ਪਾਪੜ ਪਾਇਆ, ਕੁਝ ਹੀ ਸਕਿੰਟਾਂ ਦੇ ਵਿੱਚ ਪਾਪੜ ਭੁੰਨ ਕੇ ਉਹ ਬਾਹਰ ਨਿਕਲ ਆਇਆ। ਦੇਖ ਸਕਦੇ ਹੋ ਕਿਵੇਂ ਘਰ ਜਿਵੇਂ ਅਸੀਂ ਤਲਦੇ ਹਾਂ, ਪਾਪੜ ਭੁੰਨਦੇ ਹਾਂ, ਉਸੇ ਤਰੀਕੇ ਦੇ ਨਾਲ ਇਹ ਪਾਪੜ ਭੁੰਨ ਕੇ ਕੁਝ ਹੀ ਸਕਿੰਟਾਂ 'ਚ ਤਿਆਰ ਹੋ ਗਿਆ। ਤਾਂ ਦੇਖ ਹੀ ਸਕਦੇ ਹੋ ਕਿ ਕਿੱਡੀ ਗਰਮੀ ਹੈ। ਇੰਨੀ ਗਰਮੀ ਦੇ ਵਿੱਚ ਸਾਡੇ ਦੇਸ਼ ਦੇ ਫੌਜੀ, ਸਾਡੇ ਦੇਸ਼ ਦੇ ਜਵਾਨ ਸਾਡੇ ਲਈ ਕੁਰਬਾਨੀ ਦੇ ਰਹੇ ਨੇ। ਆਪਣਾ ਘਰ ਬਾਰ ਛੱਡ ਕੇ ਬੱਚਿਆਂ ਤੋਂ ਦੂਰ ਇਹ ਫੌਜੀ ਸਾਡੇ ਲਈ ਤੈਨਾਤ ਨੇ ਬਾਰਡਰ 'ਤੇ। ਤਾਂ ਇਹਨਾਂ ਦਾ ਖਿਆਲ ਰੱਖਣਾ ਵੀ ਸਾਡਾ ਫਰਜ਼ ਜ਼ਰੂਰ ਬਣਦਾ ਹੈ। ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਸੈਂਟਰ ਮਿਨਿਸਟਰੀ ਤੱਕ ਪਹੁੰਚਾਓ ਤਾਂ ਕਿ ਇਹਨਾਂ ਫੌਜੀਆਂ ਦੇ ਲਈ ਗਰਮੀ ਨੂੰ ਦੇਖਦੇ ਹੋਏ ਕੋਈ ਹੱਲ ਕੱਢਿਆ ਜਾਵੇ।